ਲੁਧਿਆਣੇ ਦੇ ਵਿੱਚ ਅਸੀਂ ਕੁਛ ਦਿਨ ਪਹਿਲਾਂ ਮੈਂ ਅਤੇ ਬੱਗਾ ਜੀ ਸਾਡੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੀ ਦੀ ਰਹਿਣ ਬਾਈ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਜਿਹੜੇ ਨੇ ਉਹ ਗਡਕਰੀ ਜੀ ਉਹਨੂੰ ਮਿਲ ਕੇ ਆਏ ਸੀਗੇ, ਕਿਉਂਕਿ ਇਸ ਨੈਸ਼ਨਲ ਹਾਈਵੇ ਦੀਆਂ ਕਾਫੀ ਦਿੱਕਤਾਂ ਨੇ ਅਤੇ ਇਹਦੇ ਲਈ ਹਲਕੇ ਪਾਸੇ ਹਲਕਾ ਈਸਟ ਪੈਂਦਾ ਅਤੇ ਦੂਸਰੇ ਪਾਸੇ ਹਲਕਾ ਮਤਲਬ ਕਿ ਨੌਰਥ ਪੈਂਦਾ ਵਾ, ਅਤੇ ਦੋਨਾਂ ਦੀ ਹਲਕਾ ਕਿਉਂਕਿ ਇੱਕ ਪਾਸੇ ਵਾਦੀ ਹੈ ਅਤੇ ਇੱਕ ਪਾਸੇ ਇੰਡਸਟਰੀ ਹੈ, ਉਹਦੇ ਆਉਣ ਜਾਣ ਦੀ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਸੀ। ਸਾਡੇ ਕੋਲ ਸਿਰਫ ਦੋ ਜਗ੍ਹਾ ਹੀ ਮਿਲ ਕੇ ਕਰੋਸਿੰਗ ਹੈਗੀਆਂ, ਦੋ ਤਿੰਨ ਜਗ੍ਹਾ ਜਿਵੇਂ ਕਿ ਬਹਾਦਰ ਕੇ ਰੋਡ ਅਤੇ ਸ਼ਿਵਪੁਰੀ ਅਤੇ ਬਸਤੀ ਚੌਕ, ਉੱਥੇ ਟਿੱਬਾ ਰੋਡ ਬਣਿਆ। ਉਸ ਤੋਂ ਵਿੱਚ ਦੀ ਜਿਹੜੀ ਮਤਲਬ ਕਿ ਟ੍ਰੈਫਿਕ ਆ, ਲੋਕ ਸਾਈਕਲਾਂ 'ਤੇ ਮਤਲਬ ਕਿ ਜਾਂ ਮੋਢੇ 'ਤੇ ਚੱਕ ਕੇ ਜਾਂ ਪੈਦਲ ਪਾਰ ਕਰਦੇ ਸੀਗੇ, ਅਤੇ ਜਿਹੜੇ ਉੱਥੇ ਦਿੱਕਤ ਆਉਂਦੀ ਆ, ਐਕਸੀਡੈਂਟ ਡੇਲੀ ਹੁੰਦੇ ਨੇ ਕਿ ਪੋਲਿਊਸ਼ਨ ਦੀ ਦਿੱਕਤ ਆਉਂਦੀ ਆ, ਮਤਲਬ ਕਿ ਕੀਮਤੀ ਜਾਨਾਂ ਜਾ ਰਹੀਆਂ ਨੇ ਔਰ ਸਮਾਂ ਵੇਸਟ ਹੋ ਰਿਹਾ, ਟ੍ਰੈਫਿਕ ਜਾਮ ਹੋ ਰਹੀ ਆ, ਉਹਦੇ ਕਰਕੇ ਇਹ ਅਸੀਂ ਮੰਗ ਉਠਾਈ ਆ, ਕਿਉਂਕਿ ਤਾਂ ਕਿ ਇਹ ਇਸ ਏਰੀਏ ਦੀ ਜਿਹੜੀ ਲੋਕ ਨੇ ਉਹ ਆਰਾਮ ਨਾਲ ਆਰ ਪਾਰ ਕਰ ਸਕਣ। ਇਹਦੇ ਵਾਸਤੇ ਜਿਵੇਂ ਕਿ ਬੱਗਾ ਜੀ ਦੀ ਮਤਲਬ ਕਿ ਮੇਨ ਜਿਹੜੀ ਮੰਗ ਸੀਗੀ ਜੱਸੀਆਂ ਰੋਡ ਦੇ ਉੱਤੇ, ਅਤੇ ਇੱਧਰ ਜਿਹੜਾ ਸਾਡਾ ਸਾਂਝਾ ਹਲਕਾ ਪੈ ਗਿਆ, ਕਾਲੀ ਸੜਕ ਪੈ ਗਈ, ਅਤੇ ਉਦੋਂ ਬਾਅਦ ਕੈਲਾਸ਼ ਨਗਰ ਪੈ ਗਿਆ, ਉਦੋਂ ਬਾਅਦ ਸਾਹਮਣੇ ਇੱਧਰ ਕਾਲੀ ਸੜਕ ਸਾਹਮਣੇ ਪ੍ਰਿੰਗਲ ਹੌਜਰੀ ਪੈ ਗਈ, ਅਤੇ ਕੈਲਾਸ਼ ਨਗਰ ਦੇ ਸਾਹਮਣੇ ਬਾਲ ਸਿੰਘ ਨਗਰ ਪੈ ਗਿਆ, ਅਤੇ ਉੱਧਰ ਉਸ ਤੋਂ ਅੱਗੇ ਕਾਕੋ ਰੋਡ ਦੇ ਸਾਹਮਣੇ ਸੇਖੇਵਾਲ ਪੈ ਗਿਆ, ਅਤੇ ਉਸ ਤੋਂ ਬਾਅਦ ਜਿਹੜਾ ਭਗਵਾਨ ਨਗਰ ਰੋਡ ਅਤੇ ਸ਼ਕਤੀ ਨਗਰ ਦੇ ਸਾਹਮਣੇ ਸੈਂਟਰ ਹਲਕੇ ਦਾ ਪੈ ਗਿਆ, ਸੁੰਦਰ ਨਗਰ ਪੈ ਗਿਆ। ਇੱਥੇ ਕਰੋਸਿੰਗ ਵਾਸਤੇ ਅਸੀਂ ਜਿਹੜਾ ਮੰਗ ਪੱਤਰ ਦੇ ਕੇ ਆਏ ਸੀਗੇ, ਉਹਦੇ ਵਾਸਤੇ ਅੱਜ ਸਾਡੇ ਪ੍ਰੋਜੈਕਟ ਡਾਇਰੈਕਟਰ ਨੇ ਜਿਹੜੇ ਨੈਸ਼ਨਲ ਹਾਈਵੇ ਦੇ NHA ਦੇ, ਉਹ ਇੱਥੇ ਮੌਕਾ ਦੇਖਣ ਆਏ ਨੇ। ਇਹਨਾਂ ਨੂੰ ਮੌਕਾ ਦਿਖਾ ਕੇ ਇਹਦਾ ਹੱਲ ਕਰਾਉਣਾ ਸਾਡਾ ਮੇਨ ਮਕਸਦ ਆ, ਕਿਉਂਕਿ ਇਹ ਵੈਸੇ ਸਹੀ ਮੈਨੇ ਅਸੀਂ ਜਿਹੜੀ ਮੰਗ ਉਠਾਈ ਆ ਸ਼ੇਰਪੁਰ ਚੌਂਕ ਤੋਂ ਲੈ ਕੇ ਮਤਲਬ ਕਿ ਜਲੰਧਰ ਬਾਈਪਾਸ ਤੋਂ ਅੱਗੇ ਤੱਕ ਐਲੀਵੇਟਰ ਬਣਨਾ ਚਾਹੀਦਾ, ਜਿਵੇਂ ਕਿ ਫਗਵਾੜੇ ਬਣਿਆ ਵਾ, ਕਿਉਂਕਿ ਵੱਡਾ ਸ਼ਹਿਰ ਆ, ਮਹਾਨਗਰ ਹੈ, ਅਤੇ ਔਰ ਸ਼ਹਿਰ ਦੇ ਵਿਚਾਲੇ ਦੀ ਨੈਸ਼ਨਲ ਹਾਈਵੇ ਲੰਘ ਰਿਹਾ ਵਾ। ਆ ਸਾਡੇ ਸ਼ਹਿਰ ਨੂੰ ਇਹ ਨੈਸ਼ਨਲ ਹਾਈਵੇ ਨੇ ਜਿਹੜੇ ਇਹ ਬੰਦ ਕਰਕੇ ਭਾਰਤ ਅਤੇ ਪਾਕਿਸਤਾਨ ਬਣਾਤਾ, ਉਹਦੇ ਵਾਸਤੇ ਅਸੀਂ ਗਡਕਰੀ ਜੀ ਨੂੰ ਬੇਨਤੀ ਕੀਤੀ ਸੀ ਵੀ ਭਾਰਤ ਅਤੇ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿਓ ਸਾਡੇ, ਤਾਂ ਕਿ ਅਸੀਂ ਲੋਕਾਂ ਆ ਜਾ ਸਕੀਏ, ਅਤੇ ਉਹਦੇ ਵਾਸਤੇ ਮੰਗ ਇਹ ਆ। ਬਾਕੀ ਇਹ ਪ੍ਰੋਜੈਕਟ ਡਾਇਰੈਕਟਰ ਅੱਜ ਦੇਖ ਕੇ ਜਾ ਰਹੇ ਨੇ, ਉਸ ਤੋਂ ਬਾਅਦ ਸਾਰੀ ਇਹ ਸਕੀਮ ਬਣੂਗੀ, ਇਹਦੇ ਪ੍ਰੋਜੈਕਟ ਬਣੂਗਾ, ਪ੍ਰੋਜੈਕਟ ਬਣ ਕੇ ਇਹਦੀ ਰਾਹਤ ਮਤਲਬ ਕਿ ਉਮੀਦ ਆ ਸਾਨੂੰ ਵੀ ਜੋ ਗਡਕਰੀ ਜੀ ਨੇ ਉਹਦੇ ਨਾਲ ਵਿਸ਼ਵਾਸ ਦਵਾਇਆ ਵਾ, ਅਤੇ ਉਹਨਾਂ ਨੇ ਮਾਰਕ ਵੀ ਕੀਤਾ, ਅਤੇ ਉਸ ਤੋਂ ਬਾਅਦ ਅੱਗੇ ਆਰ ਓ ਨੂੰ ਫੋਨ ਵੀ ਕਰਕੇ ਮਤਲਬ ਕਿ ਹਦਾਇਤ ਕੀਤੀ ਹੈ ਵੀ ਇਹਦਾ ਦੇਖ ਕੇ ਇਹਦਾ ਤਿਆਰ ਕੀਤਾ ਜਾਵੇ ਜਲਦੀ ਤੋਂ ਜਲਦੀ, ਔਰ ਉਮੀਦ ਆ ਵੀ ਜਲਦੀ ਹੋ ਜੂਗਾ। ਔਰ ਜਿਵੇਂ ਕਿ ਪਹਿਲਾਂ ਟਿੱਬਾ ਰੋਡ, ਤਾਜਪੁਰ ਰੋਡ ਤੁਸੀਂ ਦੇਖਿਆ ਹੋਣਾ ਵਾ, 2011 ਤੋਂ ਜਦੋਂ ਮੈਂ ਕੌਂਸਲਰ ਸੀ ਉਦੋਂ ਤੋਂ ਮੈਂ ਉਹ ਲੱਗਿਆ ਹੋਇਆ, ਅਤੇ 2011 ਤੋਂ ਸ਼ੁਰੂ ਹੋ ਕੇ 2019 ਜਾ ਕੇ ਸੰਘਰਸ਼ ਕਰਨਾ ਪਿਆ ਅਤੇ ਉਹ ਪਾਸ ਹੋ ਗਿਆ, ਅਤੇ ਇਹਦੇ ਵਾਸਤੇ ਵੀ ਚਾਹੇ ਸੰਘਰਸ਼ ਕਰਨਾ ਪਵੇ, ਇਹ ਲੋਕਾਂ ਨੂੰ ਰਾਹਤ ਜ਼ਰੂਰ ਦਵਾਵਾਂਗੇ, ਇਸ ਏਰੀਏ ਨੂੰ ਸਹੀ ਕਰਨ ਦਾ ਸਾਡਾ ਡਿਊਟੀ ਆ, ਕਿਉਂਕਿ ਲੋਕਾਂ ਨੇ ਬਹੁਤ ਉਮੀਦਾਂ ਰੱਖ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ। ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਇੱਕੋ ਮਿਸ਼ਨ ਆ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਅਤੇ ਉਹਦੇ ਵਾਸਤੇ ਹਰ ਸੰਭਵ ਕੋਸ਼ਿਸ਼, ਹਰ ਆਮ ਆਦਮੀ ਮੁਸ਼ਕਲ ਦੂਰ ਕਰਨਾ ਸਾਡੀ ਡਿਊਟੀ ਆ, ਉਹ ਅਸੀਂ ਦੂਰ ਕਰਾਂਗੇ। ਜਿਵੇਂ ਕਿ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਾਡੇ ਸਤਿਕਾਰਯੋਗ ਮੇਰੇ ਕਲੀਗ MLA ਦਲਜੀਤ ਸਿੰਘ ਭੋਲਾ ਜੀ ਗਰੇਵਾਲ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਜੋ ਪਿਛਲੀ ਕਾਰਗੁਜ਼ਾਰੀ ਉਹਦੇ ਬਾਰੇ ਦੱਸਿਆ, ਕਿਉਂਕਿ ਇਹਨਾਂ ਨੇ ਕਾਫੀ ਲੰਬਾ ਅਰਸਾ ਐਜ ਏ ਕੌਂਸਲਰ ਵੀ ਇਸ ਇਲਾਕੇ ਦੇ ਰਹੇ, ਔਰ ਕੌਂਸਲਰ ਵੇਲੇ ਵੀ ਇਹਨਾਂ ਨੇ ਬੜੀ ਲੜਾਈ ਲੜੀ। ਜਿਹੜਾ ਤਾਜਪੁਰ ਰੋਡ ਦਾ ਜਿਹੜਾ ਵੇ ਬਣਿਆ ਉਹ ਵੀ ਇਹਨਾਂ ਦੀ ਬਦੌਲਤ ਬਣਿਆ ਸੀਗਾ। ਉਸ ਤੋਂ ਬਾਅਦ ਅਸੀਂ ਕਾਫੀ ਦਿਨਾਂ ਤੋਂ ਲੱਗੇ ਹੋਏ ਸੀਗੇ ਕਿ ਜਿਹੜੇ ਉਸ ਤਾਜਪੁਰ ਰੋਡ ਤੋਂ ਲੈ ਕੇ ਜੱਸੀਆਂ ਚੌਂਕ ਤੱਕ ਜਿੱਥੇ ਜਿੱਥੇ ਵੀ ਸਾਨੂੰ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ, ਕਿਉਂਕਿ ਸਾਡਾ ਸ਼ਹਿਰ ਦੋ ਜਗ੍ਹਾ 'ਤੇ ਵੰਡਿਆ ਹੋਇਆ, ਇੱਕ ਪੁਰਾਣਾ ਸ਼ਹਿਰ ਹੋਣ ਕਰਕੇ, ਇੱਕ ਰਾਹਾਂ ਰੋਡ ਔਰ ਦੂਸਰਾ ਇਲਾਕਾ ਜਿੰਨਾ ਵੀ ਹੈ, ਇਹ ਅਪ ਡਾਊਨ ਸਵੇਰੇ ਸ਼ਾਮੀ ਦੋ ਟਾਈਮ ਪੀਕ ਟਾਈਮ ਹੁੰਦਾ, ਜਿਸ ਦੇ ਵਿੱਚ ਲੋਕ ਆਪਣੇ ਰੁਜ਼ਗਾਰ ਵਾਸਤੇ ਸ਼ਹਿਰ ਵੀ ਆਉਂਦੇ ਨੇ ਔਰ ਸ਼ਹਿਰ ਤੋਂ ਜਿਹੜੀ ਨਵੀਂ ਇੰਡਸਟਰੀ ਬਣੀ ਹੈ, ਚਾਹੇ ਗਹਿਲੇਵਾਲ ਹੈ, ਚਾਹੇ ਕਾਲੀ ਸੜਕ ਹੈ, ਚਾਹੇ ਸੇਖਿਆਲ ਤੋਂ ਕਾਕੂਆਲ ਰੋਡ ਜਾਂਦੇ ਹਾਂ, ਜਿੰਨੀ ਇੰਡਸਟਰੀ ਬਣੀ ਹੈ, ਲੋਕ ਸਵੇਰੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਅਪ ਡਾਊਨ ਕਰਦੇ ਨੇ। ਬਹੁਤ ਮੁਸ਼ਕਲ ਆਉਂਦੀ ਔਰ ਐਕਸੀਡੈਂਟ ਬਹੁਤ ਹੋਏ ਆ ਜਿਹਦੇ ਵਿੱਚ ਕਾਫੀ ਜਾਨਾਂ ਗਈਆਂ, ਕਿਉਂਕਿ ਸਾਡਾ ਮਤਲਬ ਆ ਕਿ ਇਨਸਾਨ ਨੂੰ ਬਚਾਉਣਾ, ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ,
ਔਰ ਸਾਡੀ ਸਰਕਾਰ ਦੀ ਪਹਿਲਕਦਮੀ ਹੈ। ਅਸੀਂ ਦੋ ਦਿਨ ਪਹਿਲਾਂ ਨਿਤਿਨ ਗਡਕਰੀ ਜੀ ਨੇ ਜੋ ਸਾਡੇ ਦੇਸ਼ ਦੇ ਮੰਤਰੀ ਨੇ ਉਹਨਾਂ ਨੂੰ ਮਿਲੇ ਸੀਗੇ ਔਰ ਅਰੋੜਾ ਜੀ ਦੀ ਰਹਿਨਮਾਈ 'ਚ ਅਸੀਂ ਇਕੱਠੇ ਰਲ ਕੇ ਐੱਮ ਐੱਲ ਏ ਸਾਹਿਬ ਅਤੇ ਮੈਂ ਦੋਨੋਂ ਅਸੀਂ ਜਾ ਕੇ ਸਾਰੀਆਂ ਦਿੱਕਤਾਂ ਉਹਨਾਂ ਨੂੰ ਦੱਸੀਆਂ ਸੀਗੀਆਂ ਔਰ ਉਹਨਾਂ ਨੇ ਆਪਣਾ ਮੰਗ ਪੱਤਰ ਦਿੱਤਾ ਸਾਡੀਆਂ ਮੰਗਾਂ ਨੇ ਸ਼ਹਿਰ ਦੀਆਂ, ਉਹਨੂੰ ਵੇਖਦੇ ਹੋਏ ਉਹਨਾਂ ਨੇ ਅਲਾਓ ਕਰ ਦਿੱਤਾ ਕਿ ਤੁਸੀਂ ਆਪਣੇ ਜਾ ਕੇ ਮੌਕੇ 'ਤੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਕੇ ਅਤੇ ਉਹਨੂੰ ਚਲਾਓ। ਅੱਜ ਸਾਡੇ ਸਾਹਿਬ ਵਿਚਕਾਰ ਨਮਰਤਨ ਜੀ ਪੀ ਡੀ ਨੇ ਜਿਹੜੇ ਇਸ ਏਰੀਏ ਦੇ ਉਹ ਨਾਲ ਆਏ ਨੇ ਮੌਕਾ ਦੇਖਣ ਵਾਸਤੇ, ਅਸੀਂ ਮੌਕਾ ਦਿਖਾ ਰਹੇ ਹਾਂ। ਜਿੰਨੇ ਵੀ ਸਾਡੇ ਜਿੱਥੇ ਸਮੱਸਿਆਵਾਂ ਜ਼ਿਆਦਾ ਨੇ ਪੀਕ ਟਾਈਮ ਦੇ ਸਵੇਰੇ ਔਰ ਸ਼ਾਮ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ, ਉਸ ਨੂੰ ਹੱਲ ਕਰਾਉਣ ਵਾਸਤੇ ਅਸੀਂ ਵਚਨਬੱਧ ਹਾਂ। ਔਰ ਪਿੱਛੇ ਅਸੀਂ ਦੋ ਜਿਸ ਤਰ੍ਹਾਂ ਪਹਿਲੇ ਫੁੱਟਬਰੀ ਪੰਜਾਬ ਇਹਨਾਂ ਨੇ ਬਣਾਇਆ ਸੀਗਾ, ਉਸ ਨੂੰ ਚੇਂਜ ਕਰਕੇ ਅਸੀਂ ਜਿਸ ਤਰ੍ਹਾਂ ਗ੍ਰੀਨਲੈਂਡ ਦੇ ਕੋਲ ਸਕੂਟਰ ਵੇ ਬਣਾਇਆ ਸੀਗਾ ਉਹ ਅਸੀਂ ਪਾਸ ਕਰਵਾਏ ਸੀਗੇ। ਜੇ ਸਾਡਾ ਇਹ ਪਾਸ ਹੋ ਜਾਂਦਾ ਫਿਰ ਅਸੀਂ ਉਹਨੂੰ ਡਰੋਪ ਕਰਾਂਗੇ, ਜੇ ਬਾਈ ਦੇ ਵਿੱਚ ਦਿੱਕਤ ਕੋਈ ਲੰਬੀ ਹੁੰਦੀ ਹੈ ਫਿਰ ਸਾਡੇ ਕੋਲ ਦੋਨੋਂ ਪਾਸ ਨੇ ਉਹਦਾ ਫਾਇਦਾ ਲਵਾਂਗੇ। ਔਰ ਕਿਤੇ ਨਾ ਕਿਤੇ ਜਿੱਥੇ ਵੀ ਸਾਡੀ ਸਮੱਸਿਆ ਹੈਗੀ ਆ ਸਾਡਾ ਹੱਲ ਕਰਨਾ ਜ਼ਰੂਰੀ ਫਰਜ਼ ਬਣਦਾ। ਅੱਜ ਅਸੀਂ ਦੋਨੋਂ ਐੱਮ ਐੱਲ ਏ ਦੋਨੋਂ ਮੌਕੇ 'ਤੇ ਜਾ ਕੇ ਜਿੱਥੇ ਜਿੱਥੇ ਸਾਨੂੰ ਦਿੱਕਤ ਆ ਰਹੀ ਹੈ ਉਹ ਇਹਨਾਂ ਨੂੰ ਦਿਖਾਵਾਂਗੇ, ਇਹ ਆਪਣਾ ਚਾਰਟ ਬਣਾ ਕੇ ਜੋ ਨਕਸ਼ਾ ਬਣਾ ਕੇ ਭੇਜਣਗੇ ਉਸ 'ਤੇ ਮਨਜ਼ੂਰੀ ਹੋ ਜਾਏਗੀ। ਔਰ ਖਾਸ ਤੌਰ 'ਤੇ ਉਹਨਾਂ ਨੇ ਜਿਹੜੇ ਇਸ ਏਰੀਏ ਦੇ ਜਿਹਨਾਂ ਕੋਲ ਪਾਵਰ ਹੈ ਕਰਨ ਦੀ ਉਹਨਾਂ ਨੂੰ ਵੀ ਕਹਿ ਦਿੱਤਾ ਜੀ ਫੋਨ 'ਤੇ ਕਿ ਇਮੀਡੀਏਟ ਇਹ ਪ੍ਰੋਜੈਕਟ ਬਣਾ ਕੇ ਮੇਰੇ ਕੋਲ ਪੇਸ਼ ਕਰੋ। ਉਹ ਉਹਨਾਂ ਨੇ ਪ੍ਰੋਜੈਕਟ ਬਣਾ ਕੇ ਸਰਕਾਰ ਕੋਲ ਭੇਜਣਾ, ਉਹ ਜਲਦੀ ਹੀ ਅਸੀਂ ਪੈਰਵੀ ਕਰਾਂਗੇ, ਕਰਵਾ ਕੇ ਅਤੇ ਲੋਕਾਂ ਨੂੰ ਸਹੂਲਤ ਦੇਵਾਂਗੇ।